ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਵਿਰਸੇ ਦੇ ਵਾਰਿਸ ਭਰਾਵਾਂ ਦੀ, ਜਿਨ੍ਹਾਂ ਨੇ ਵਰਲਡ ਵਾਈਡ ਪੰਜਾਬੀ ਵਿਰਸੇ ਦੀ ਪਹਿਚਾਣ ਬਣਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ। ਅਤੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਅਤੇ ਮਿਊਜ਼ਿਕ ਡਾਇਰੈਕਟਰ ਸੰਗਤਾਰ, ਇਹ ਤਿੰਨੋਂ ਭਰਾ ਆਪਣੇ ਪੰਜਾਬੀ ਵਿਰਸੇ ਦੇ ਸ਼ੋਅਜ਼ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਅਤੇ ਇਸ ਵਾਰ ਪੰਜਾਬੀ ਵਿਰਸਾ ਹੋਣ ਜਾ ਰਿਹਾ ਨਿਊਜ਼ੀਲੈਂਡ ਦੀ ਧਰਤੀ ਦੇ ਸ਼ਹਿਰ ਔਕਲੈਂਡ ਵਿੱਚ, ਜਿੱਥੇ ਤਿੰਨਾਂ ਭਰਾਵਾਂ ਨੇ ਪੰਜਾਬੀ ਵਿਰਸੇ ਦੀ 25ਵੀਂ ਸਾਲਗਿਰਾ ਮਨਾਈ ਹੈ। ਮਨਮੋਹਨ ਵਾਰਿਸ ਨੇ ਆਪਣੀ ਇਸ ਸੈਲੀਬ੍ਰੇਸ਼ਨ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਲਿਖਿਆ, ਤੁਹਾਡੀਆਂ ਦੁਆਵਾਂ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੇ ਸਾਰੇ ਸ਼ੋਅ ਸੋਲਡ ਆਊਟ ਹੋਏ। ਔਕਲੈਂਡ ਦਾ ਸ਼ੋਅ 3 ਦਿਨ ਪਹਿਲਾਂ, ਧੰਨਵਾਦ ਸਭ ਦਾ। ਤੁਹਾਨੂੰ ਦੱਸ ਦਈਏ ਕਿ ਔਕਲੈਂਡ ਵਿੱਚ ਹੋਣ ਵਾਲਾ ਪੰਜਾਬੀ ਵਿਰਸਾ 3 ਦਿਨ ਪਹਿਲਾਂ ਹੀ ਸੋਲਡ ਆਊਟ ਹੋ ਚੁੱਕਿਆ ਹੈ। ਇਹ ਪ੍ਰਮਾਣ ਹੈ ਕਿ ਦੁਨੀਆ ਦੇ ਕੋਨੇ ਕੋਨੇ ਵਿੱਚ ਪੰਜਾਬੀ ਵੱਸਦੇ ਨੇ ਅਤੇ ਪੰਜਾਬੀਆਂ ਦੀ ਪੰਜਾਬੀ ਵਿਰਸੇ ਲਈ ਤਾਂਗ ਹਮੇਸ਼ਾ ਹੀ ਵਾਰਿਸ ਬ੍ਰਦਰਸ ਦੇ ਸ਼ੋਅ ਵਿੱਚ ਵੇਖਣ ਨੂੰ ਮਿਲਦੀ ਹੈ। ਹੋਰ ਖਬਰਾਂ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਅਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।